ਸਤਿਕਾਰ ਜੀ, ਕੀ ਹਾਲ ਹੈ ਜੀ ਸਾਰਿਆਂ ਦਾ? ਆਪਣੇ ਚੈਨਲ ਤੇ ਸਾਰੇ ਵੀਰਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਜੀ। ਪਹਿਲਾਂ ਤਾਂ ਵੀਰ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ, ਸਕਰੀਨ ਦੇ ਉੱਤੇ ਲਿਖਿਆ ਆ ਰਿਹਾ। ਜੇ ਕਿਸੇ ਮੇਰੇ ਵੀਰ ਨੇ ਆਪਣੇ ਚੈਨਲ ਤੇ ਐਡ ਕਰਾਉਣੀ ਹੈ ਕਿਸੇ ਵੀ ਗੱਡੀ ਦੀ, ਕਿਸੇ ਮਸ਼ੀਨਰੀ ਦੀ, ਤਾਂ ਵੀਰ ਜਿਹੜਾ ਨੰਬਰ ਸਕਰੀਨ ਤੇ ਲਿਖਿਆ ਰਿਹਾ ਇਸੇ ਨੰਬਰ ਤੇ ਘੱਟੋ ਘੱਟ 5-7 ਫੋਟੋਆਂ ਤੇ ਬਾਕੀ ਦੀ ਸਾਰੀ ਜਾਣਕਾਰੀ ਲਿਖ ਕੇ ਆਪਣੇ WhatsApp ਨੰਬਰ ਤੇ ਭੇਜ ਦਿਓ, ਆਪਾਂ ਤੁਹਾਡੀ ਐਡ ਕਰ ਦਾਂਗੇ। ਤੇ ਹੁਣ ਆਪਾਂ ਵੀਡੀਓ ਸਟਾਰਟ ਕਰਦੇ ਵੀਰ। ਅੱਜ ਆਪਣੇ ਕੋਲ ਸਭ ਤੋਂ ਪਹਿਲੀ ਗੱਡੀ ਐਂਡਿਕਾ ਪਹੁੰਚੀ ਹੈ, 2009 ਮਾਡਲ ਗੱਡੀ ਹੈ ਜੀ, ਲੁਧਿਆਣੇ ਖੜੀ ਹੈ ਗੱਡੀ। 70 ਪੈਸੇ ਟਾਇਰ ਨੇ ਤੇ ਰੰਗ ਪੈਡ ਸਾਰਾ ਜੈਨੂਇਨ ਹੈ ਜੀ, ਇੰਜਨ ਗੇਅਰ ਪੂਰਾ ਵਧੀਆ, ਚਲਾਉਣ 'ਚ ਕੋਈ ਕਮੀ ਨਹੀਂ, ਕਾਗਜ਼ ਪੇਪਰ ਸਾਰੇ ਪੂਰੇ ਨੇ। 85,000 ਡਿਮਾਂਡ ਹੈ। ਨੰਬਰ ਨੋਟ ਕਰ ਲਓ ਜੀ ਜਿਹੜੇ ਵੀਰ ਦੀ ਗੱਡੀ ਹੈ, 8691-35664, ਤੇ ਇਹਨਾਂ ਨੂੰ ਫੋਨ ਕਰਕੇ ਡੀਲ ਕਰ ਸਕਦੇ ਹੋ। ਤੇ ਦੂਸਰੀ ਗੱਡੀ ਆਪਣੇ ਕੋਲ ਸਵਿਫਟ BDI ਪਹੁੰਚੀ ਹੈ ਜੀ, 2012 ਮਾਡਲ ਗੱਡੀ ਹੈ ਤੇ ਗੱਡੀ ਆਹ ਜਗਰਾਉਂ ਖੜੀ ਹੈ। ਤੇ ਰੰਗ ਪੈਡ ਦੀ ਗੱਲ ਕਰੀਏ, ਪੂਰਾ ਵਧੀਆ ਰੰਗ ਪੈਟ ਹੈ, ਸਾਰਾ ਜੈਨੂਇਨ ਪਿਆ ਜੀ। 70 ਪੈਸੇ ਟਾਇਰ ਨੇ ਤੇ ਨੋਨ ਐਕਸੀਡੈਂਟ ਗੱਡੀ ਹੈ। ਸੀਟ ਕਵਰ, ਮਿਊਜ਼ਿਕ ਸਿਸਟਮ, AC ਹੀਟਰ ਸਾਰਾ ਕੁਝ ਓਕੇ ਹੈ ਜੀ। 3,00,000 ਵੀਰ ਨੇ ਡਿਮਾਂਡ ਰੱਖੀ ਹੈ ਤੇ ਕਿਸੇ ਵੀ ਨੇ ਗੱਡੀ ਦੇਖਣੀ ਹੋਵੇ, ਪਸੰਦ ਆਈ ਹੋਵੇ, ਜਗਰਾਉਂ ਜਾ ਕੇ ਦੇਖ ਸਕਦੇ ਹੋ। ਨੰਬਰ ਨੋਟ ਕਰ ਲਓ ਜੀ ਜਿਹੜੇ ਵੀਰ ਦੀ ਗੱਡੀ ਹੈ, 97,813,19,113। ਅੱਗੇ ਤੀਸਰੀ ਗੱਡੀ ਪਹੁੰਚੀ ਵੀਰ ਆਪਣੇ ਕੋਲ, ਇਨੋਵਾ 2006 ਮਾਡਲ ਗੱਡੀ ਹੈ ਜੀ ਤੇ ਗੱਡੀ ਆਹ ਬਠਿੰਡੇ ਖੜੀ ਹੈ। 70-80 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ, ਅਲਾਈ ਲੱਗੇ ਨੇ, ਵਧੀਆ ਕੰਡੀਸ਼ਨ ਦੀ ਸਾਫ਼ ਗੱਡੀ ਹੈ ਜੀ। ਮਿਊਜ਼ਿਕ ਸਿਸਟਮ, AC ਹੀਟਰ ਸਾਰਾ ਕੁਝ ਚਾਲੂ ਹਾਲਤ 'ਚ ਹੈ। ਸੀਟ ਕਵਰ ਚੜਵਾ ਰੱਖਿਆ ਵੀ ਨੇ, ਵਧੀਆ ਸਰਵਿਸ ਹੋਈ ਹੈ ਸਾਰੀ ਗੱਡੀ ਦੀ ਤੇ ਡਿਮਾਂਡ ਰੱਖਿਆ ਵੀ ਨੇ 1,60,000। ਤੇ ਕਿਸੇ ਵੀ ਨੇ ਦੇਖਣੀ ਹੋਵੇ ਗੱਡੀ, ਬਠਿੰਡੇ ਜਾ ਕੇ ਦੇਖ ਸਕਦੇ ਹੋ, ਚੈੱਕ ਕਰਕੇ ਚਲਾ ਕੇ ਕਾਗਜ਼ ਪੱਤਰਾਂ ਨੂੰ ਦੇਖ ਕੇ ਫਿਰ ਡੀਲ ਕਰ ਸਕਦੇ ਹੋ। ਨੰਬਰ ਨੋਟ ਕਰ ਲਓ ਜੀ, 99688-90,349। ਤੇ ਅੱਗੇ ਆਪਣੇ ਕੋਲ ਜੈਨ ਗੱਡੀ ਪਹੁੰਚੀ ਹੈ ਵੀਰ, 1999 ਮਾਡਲ ਹੈ, 55 ਪੈਸੇ ਟਾਇਰ ਨੇ ਤੇ ਜੇਤੋ ਖੜੀ ਹੈ ਜੀ ਆਹ ਗੱਡੀ, ਵਧੀਆ ਮਿਊਜ਼ਿਕ ਸਿਸਟਮ ਹੈ ਜੀ ਤੇ ਸੀਟ ਕਵਰ ਚੜੇ ਹੋਏ ਨੇ, ਮੈਟਿੰਗ ਹੋਈ ਹੈ ਜੀ ਤੇ ਅੱਗੇ ਪਿੱਛੋਂ ਸਾਰੇ ਪਾਸੋਂ ਫੋਟੋ ਆ ਰਹੀਆਂ, ਤੁਸੀਂ ਦੇਖ ਰਹੇ ਹੋ। 36,000 ਵੀ ਇਹਨੇ ਡਿਮਾਂਡ ਰੱਖੀ ਹੈ ਤੇ ਵਧੀਆ ਕੰਡੀਸ਼ਨ ਹੈ, ਸਰਵਿਸ ਵੀ ਇਹਨੇ ਕਰਵਾ ਰੱਖੀ ਹੈ। ਤੇ ਬਾਕੀ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤੁਸੀਂ ਇਹਨਾਂ ਨੂੰ ਫੋਨ ਕਰਕੇ ਲੈ ਸਕਦੇ ਹੋ। ਨੰਬਰ ਨੋਟ ਕਰ ਲਓ ਜੀ, 9965-54-10। ਤੇ ਜਿੰਨੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਜੀ ਤੇ ਇਸੇ ਤਰ੍ਹਾਂ ਦੀ ਆਪਣੇ ਚੈਨਲ ਤੇ ਹਰ ਰੋਜ਼ ਵੀਡੀਓ ਦੇਖਣਾ ਪਸੰਦ ਕਰਦੇ ਨੇ, ਤਾਂ ਵੀਰ ਥੱਲੇ ਇੱਕ ਰੈੱਡ ਕਲਰ ਦਾ ਬਟਨ ਹੋਊਗਾ ਜਿੱਥੇ ਸਬਸਕ੍ਰਾਈਬ ਲਿਖਿਆ, ਉਹਨੂੰ ਕਲਿੱਕ ਕਰ ਦਿਓ ਜੀ ਤੇ ਨਾਲ ਇੱਕ ਬੈਲ ਆਈਕਨ ਹੋਊਗਾ ਉਹਨੂੰ ਆਲ ਤੇ ਸੈੱਟ ਕਰਕੇ ਕਲਿੱਕ ਕਰ ਦਿਓ। ਤੇ ਜਦੋਂ ਆਪਾਂ ਨਵੀਂ ਵੀਡੀਓ ਪਾਵਾਂਗੇ, ਨਵੀਂ ਵੀਡੀਓ ਦਾ ਮੈਸੇਜ ਤੁਹਾਡੇ ਕੋਲ ਉਸੇ ਟਾਈਮ ਵਗ ਜੂ ਤੇ ਉਸੇ ਟਾਈਮ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ। ਇਹ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰ ਦਿਓ ਜੀ, ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਰ। ਇੱਕ ਵਾਰੀ ਚੈੱਕ ਕਰ ਲਓ, ਕਿਸੇ ਵੀ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਤੇ ਤੁਹਾਡੇ ਕਰਕੇ ਵੀਰ ਆਪਣਾ ਚੈਨਲ ਹੈ, ਸਪੋਰਟ ਕਰਿਆ ਕਰੋ ਜੀ। ਤੇ ਅੱਗੇ ਆਪਾਂ ਨੈਕਸਟ ਗੱਡੀ ਦੀ ਗੱਲ ਕਰਾਂਗੇ ਵੀਰ, ਸੈਂਟਰੋ ਗੱਡੀ ਪਹੁੰਚੀ ਆਪਣੇ ਕੋਲ, 2008 ਮਾਡਲ, 70,000 ਕਿਲੋਮੀਟਰ ਗੱਡੀ ਚੱਲੀ ਹੈ ਤੇ ਵਧੀਆ ਕੰਡੀਸ਼ਨ ਹੈ, 90-95 ਪੈਸੇ ਟਾਇਰ ਨੇ, ਰੰਗ ਪੈਂਟ ਸਾਰਾ ਵਧੀਆ, ਨੋਨ ਐਕਸੀਡੈਂਟ ਹੈ ਤੇ ਕੰਮ ਕੁੰਮ ਵੀਰ ਨੇ ਸਾਰਾ ਗੱਡੀ ਦਾ ਕਰਵਾ ਰੱਖਿਆ ਹੈ। ਮੋਹਾਲੀ ਖੜੀ ਹੈ ਵੀਰ ਗੱਡੀ, ਆਹ ਮਾਲਕ ਵੀਰ ਦਾ ਏਰੀਆ ਹੈ ਤੇ 1,70,000 ਡਿਮਾਂਡ ਹੈ, ਵਧੀਆ ਕੰਡੀਸ਼ਨ ਦੀ ਸਾਫ਼ ਗੱਡੀ ਹੈ ਜੀ। ਤੇ ਨੰਬਰ ਨੋਟ ਕਰ ਲਓ ਜੀ ਜਿਹੜੇ ਵੀਰ ਦੀ ਗੱਡੀ ਹੈ, 9876-75,816, ਤੇ ਇਹਨਾਂ ਨੂੰ ਫੋਨ ਕਰਕੇ ਜੀ ਜਾ ਕੇ ਦੇਖ ਕੇ ਤੇ ਡੀਲ ਗੱਡੀ ਦੀ ਕਰ ਸਕਦੇ ਹੋ। ਤੇ ਹੁਣ ਅੱਗੇ ਆਪਾਂ ਅਲਟੋ LXi ਗੱਡੀ ਦੀ ਗੱਲ ਕਰਾਂਗੇ ਵੀਰ, 2006 ਮਾਡਲ ਗੱਡੀ ਪਹੁੰਚੀ ਆਪਣੇ ਕੋਲ ਜੇਤੋ ਤੋਂ, 95 ਪੈਸੇ ਟਾਇਰ ਨੇ, ਰੰਗ ਪੈ ਠੀਕ ਆ ਗੱਡੀ ਦਾ ਤੇ ਇੰਜਨ ਗੇਅਰ ਵਧੀਆ, ਨਾਲ ਦੀ ਚਾਬੀ ਓਰਿਜਨਲ ਨਾਲ ਹੈ ਜੀ। 1,15,000 ਡਿਮਾਂਡ ਰੱਖੀ ਵੀ ਨੇ ਤੇ ਬਾਕੀ ਤੁਸੀਂ ਦੇਖ ਰਹੇ ਹੋ ਚਾਰੇ ਪਾਸੋਂ। ਤੇ ਕੋਈ ਹੋਰ ਜਾਣਕਾਰੀ ਲੈਣੀ ਹੋਵੇ, ਨੰਬਰ ਵੀਰ ਦਾ ਸਕਰੀਨ ਤੇ ਲਿਖਿਆ ਰਿਹਾ, ਨੋਟ ਕਰ ਲਓ ਜੀ, 88376-40,762।
ਤੇ ਅੱਗੇ ਫਿਰ ਤੋਂ ਆਪਣੇ ਕੋਲ ਇੰਡੀਕਾ ਗੱਡੀ ਪਹੁੰਚੀ ਹੈ ਵੀਰ, 2011 ਮਾਡਲ ਗੁਰਦਾਸਪੁਰ ਤੋਂ। 80 ਪੈਸੇ ਟਾਇਰ ਨੇ ਗੱਡੀ ਦੇ, ਰੰਗ ਭੈਣ ਠੀਕ ਹੈ, ਅਲਾਈ ਲੱਗੇ ਨੇ ਤੇ ਵਧੀਆ ਗੱਡੀ ਹੈ ਜੀ। 1,95,000 ਵੀ ਇਹਨੇ ਡਿਮਾਂਡ ਰੱਖੀ ਹੈ। ਤੇ ਨੰਬਰ ਨੋਟ ਕਰ ਲਓ ਜੀ, 88992-36905। ਇਹਨਾਂ ਨੂੰ ਫੋਨ ਕਰਕੇ ਤੇ ਜਾ ਕੇ ਦੇਖ ਕੇ ਡੀਲ ਗੱਡੀ ਦੀ ਕਰ ਸਕਦੇ ਹੋ। ਤੇ ਅੱਜ ਲਈ ਇਹਨੇ ਵੀਰ, ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰ ਦਿਓ ਜੀ, ਸ਼ੇਅਰ ਕਰ ਦਿਓ। ਤੇ ਮਿਲਦਾ ਵੀਰ ਜਲਦੀ ਇਸੇ ਤਰ੍ਹਾਂ ਦੀ ਇੱਕ ਨਵੀਂ ਵੀਡੀਓ ਤੇ ਨਵੀਂ ਗੱਡੀਆਂ ਦੇ ਨਾਲ ਜੀ। ਤੇ ਜੁੜੇ ਰਹੋ ਜੀ ਆਪਣੇ ਚੈਨਲ ਦੇ ਨਾਲ।